ਇਹ ਹਵੇਲੀ ਆ ਮੱਘਰ ਸਿੰਘ ਦੀ, ਅਤੇ ਮੱਘਰ ਸਿੰਘ ਦੀ ਹਵੇਲੀ ਆ ਜਿਹੜੀ ਇਹ ਪੂਰੇ ਆਪਾਂ ਕਹਿੰਦੇ ਦੁਨੀਆ 'ਚ ਮਸ਼ਹੂਰ ਆ, ਕਿਉਂਕਿ ਨੋਰਮਲ ਤਾਂ ਇੱਕ ਸੈੱਟ ਹੁੰਦਾ ਹੈ ਨਾ। ਅਤੇ ਇਹ ਆਪਾਂ ਗੱਲ ਕਰੀਏ ਅੰਕਲ ਆ ਜਿਹੜੇ ਵਕੀਲ ਨੇ, ਅਤੇ ਇਹਨਾਂ ਦੇ ਆਹ ਜਿਹੜੇ ਸਾਰੇ ਸੈੱਟ ਆ ਨਾ, ਆਹ ਦੂਜਾ ਸੈੱਟ ਆ ਗਿਆ। ਉਦੋਂ ਬਾਅਦ ਇਹ ਜੱਦੀ ਇਹ ਤਾਂ ਬਾਅਦ ਦੇ ਵਿੱਚ ਬਣਾਏ ਆ, ਆਹ ਕਾਰਾਂ ਕੂਰਾਂ ਦਾ ਬਾਪੂ ਬਾਅਦ ਸ਼ੌਕੀਨ ਹੈ। ਉਦੋਂ ਪਹਿਲਾਂ ਮੈਂ ਦੱਸਦਾ ਵੀ ਅਸਲ ਦੇ ਵਿੱਚ ਜੱਦੀ ਜਿਹੜੀ ਹਵੇਲੀ ਸੀ ਇਹਨਾਂ ਦੀ ਇਹ ਹੈ, ਠੀਕ ਆ, ਹਵੇਲੀ ਮੱਘਰ ਸਿੰਘ। ਅਤੇ ਜੱਟ ਜੂਲੀਅਟ 3 ਹੋਵੇ, ਜੇਮਸ ਬੌਂਡ ਹੋਵੇ, ਚਾਹੇ ਜੱਟੀ ਜਾਉਣੇ ਮੋੜ ਦੀ ਬੰਦੂਕ ਵਰ ਗਈ ਮੂਸੇ ਵਾਲਾ ਹੋਵੇ, ਅਤੇ ਚਾਹੇ ਬੱਬੂ ਮਾਨ ਦੇ ਗਾਣੇ, ਠੀਕ ਆ, ਹੁਣ ਆਰਨੇ ਦੇ ਬਾਰੇ ਸਾਰੇ ਸਾਰੇ ਜਿੰਨੇ ਗਾਣੇ ਦੇਖੋਗੇ। ਸੋ ਆਹ ਸੈੱਟਾਂ ਦੇ ਵਿੱਚ ਹੀ ਜਿਹੜੇ ਹੈਗੇ ਆ ਸ਼ੂਟ ਹੋਏ ਆ, ਅਤੇ ਅੰਦਰ ਦਿਖਾਉਣੇ ਆ ਨਵਾਂ ਸੈੱਟ ਲੱਗਿਆ। ਅਤੇ ਅਸਲ ਦੇ ਵਿੱਚ ਜਿਹੜੇ ਹੈਗੇ ਆ ਬਾਪੂ ਨੇ ਨੋਰਮਲ ਜੇ ਮਿਸਤਰੀਆਂ ਤੋਂ, ਠੀਕ ਆ, ਆਹ ਸਾਰੇ ਸੈੱਟ ਤਿਆਰ ਕਰਵਾਏ ਆ। ਆਹ ਪ੍ਰੀ ਵੈਡਿੰਗ ਵਾਸਤੇ ਸੈੱਟ ਹੈ, ਠੀਕ ਹੈ, ਅਤੇ ਲੱਗਦਾ ਜਿਵੇਂ ਆਪਾਂ ਕਹੀਏ ਕਿਸੇ ਫੋਰਨ 'ਚ ਆ ਗਏ ਨੇ, ਪਰ ਫਿਲਹਾਲ ਉਹੀ ਸਾਰੇ ਪੁਰਾਣੇ ਤੋਂ ਪੁਰਾਣੇ ਗਲੀਚੇ ਆ ਸ਼ੇਰ ਤਰਾਈ ਯਾਰ ਝੂਟੇ ਲਈ ਜਾਂਦਾ ਹੈ, ਲੈ ਲੈਣ ਦੇ ਚੱਲ ਕੋਈ ਨਹੀਂ, ਇਹਦਾ ਟਾਈਮ ਹੈ। ਸੋ ਫਿਲਹਾਲ ਆਹ ਸਾਰਾ ਸਾਰਾ ਆਪਾਂ ਕਹੀਏ ਪਿਓ ਦਾਦਿਆਂ ਦਾ ਜਿਹੜੀ ਹਵੇਲੀ ਸਾਂਭ ਕੇ, ਠੀਕ ਹੈ, ਅਤੇ ਉਹਨੂੰ ਅੱਜ ਆਪਾਂ ਗੱਲ ਕਰਕੇ ਆਹ ਪੁਰਾਣੇ ਕਮਰੇ ਆ ਬਿਨਾਂ ਪੱਖਿਆਂ ਵਾਲੇ, ਠੀਕ ਹੈ, ਅਤੇ ਨਾ ਹੀ ਏ ਸੀ ਆ ਇੱਥੇ, ਅਤੇ ਇਹ ਇੰਨੇ ਠੰਡੇ ਆ, ਮਤਲਬ ਕਿਉਂਕਿ ਇਹ ਕੰਧਾਂ ਜਿਹੜੀਆਂ ਹੈਗੀਆਂ ਆਪਾਂ ਕਹੀਏ ਆਪਣੇ ਪਹਿਲਾਂ 9 ਇੰਚ ਹੁੰਦੀਆਂ ਸੀ ਨਾ, ਇਹ ਤਾਂ ਇੱਧਰ ਹੈ, ਜੇ ਮੈਂ ਉੱਧਰਲੇ ਪਾਸੇ ਦਿਖਾਵਾਂ, ਪੁਰਾਣੀਆਂ ਜਿਹੜੀਆਂ ਕੰਧਾਂ ਜਿਹੜੀਆਂ ਚੌੜੀਆਂ ਸੀ, ਮਾਲਾ 'ਚ ਜੱਫੀ ਨਹੀਂ ਵੱਜਦੀ ਸੀ ਨਾ, ਉਹ ਵਾਲਾ ਹਿਸਾਬ ਹੈ, ਠੀਕ ਹੈ। ਅਤੇ ਇੱਥੋਂ ਕੰਮ ਸ਼ੁਰੂ ਕੀਤਾ ਸੀ ਬਾਪੂ ਨੇ। ਸਾਰੀ ਵੀਡੀਓ ਤੁਹਾਨੂੰ ਜਿਹੜਾ ਹੈਗਾ ਗੁਰਪ੍ਰੀਤ ਕੋਟਲੀ ਯੂਟਿਊਬ ਚੈਨਲ 'ਤੇ ਮਿਲ ਜਾਣੀ ਹੈ।